ਇਹ ਸਾਡਾ ਕੰਪਲੇਨੈਂਟ ਸ਼ਮਸ਼ੇਰ ਸਿੰਘ ਪਿੰਡ ਪਦਰਾਵਲ ਦਾ ਰਹਿਣ ਵਾਲਾ ਉਹਨੇ ਇੱਕ ਦਰਖਾਸਤ ਜਿਹੜੀ SSP ਸਾਹਿਬ ਦੇ ਪੇਸ਼ ਹੋ ਕੇ ਦਿੱਤੀ ਸੀ ਕਿ ਉਸਦੇ ਪਿੰਡ ਦੇ ਕੁਝ ਵਿਅਕਤੀ ਜਿਹੜੇ ਆ ਉਹਨੂੰ ਗਾਲੀ ਗਲੋਚ ਕਰਦੇ ਆ ਧਮਕੀਆਂ ਦਿੰਦੇ ਆ ਉਹ ਦਰਖਾਸਤ ਅੱਗੇ ASI ਰਾਮ ਪ੍ਰਕਾਸ਼ ਥਾਣਾ ਔੜ ਨੂੰ ਜਿਹੜੀ ਆ ਮਾਰਕ ਹੋਈ ਸੀਗੀ ਕਾਰਵਾਈ ਲਈ ਅਤੇ ਜਿਹੜੇ ਕਾਰਵਾਈ ਦੇ ਇਵਜ਼ ਦੇ ਵਿੱਚ ਇਹਨੇ ਸ਼ਮਸ਼ੇਰ ਸਿੰਘ ਦੇ ਪਾਸੋਂ ਜਿਹੜਾ ਰਿਸ਼ਵਤ ਦੀ ਮੰਗ ਕੀਤੀ ਸੀ 13,000 ਰੁਪਈਏ ਮੰਗੇ ਪਹਿਲਾਂ ਉਹਨੇ ਕਿਹਾ ਵੀ ਜ਼ਿਆਦਾ ਆ ਜੀ ਬਹੁਤ ਜ਼ਿਆਦਾ ਆ ਇਹ ਤਾਂ ਫਿਰ ਉਹ ਕਹਿੰਦਾ 1,000 ਘੱਟ ਦੇ ਦਿਓ ਅਤੇ 12,000 ਰੁਪਈਏ ਰਿਸ਼ਵਤ ਦੀ ਜਿਹੜੀ ਆ ਮੰਗ ਕੀਤੀ ਸੀ ਅੱਜ ਉਹਨੇ ਆ ਕੇ ਸਾਡੇ ਕੋਲ ਕੰਪਲੇਂਟ ਲਿਖਾਈ ਅਤੇ ਉਹਦੀ ਕੰਪਲੇਂਟ 'ਤੇ ਕਾਰਵਾਈ ਕਰਦਿਆਂ ਜਿਹੜਾ ASI ਰਾਮ ਪ੍ਰਕਾਸ਼ ਨੂੰ 12,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਜਿਹੜਾ ਅੱਜ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 3 ਥਾਣਾ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਉਹ 500 ਰੁਪਈਏ ਦੇ ਸੀਗੇ 24 ਨੋਟ 500 ਰੁਪਏ ਦਾ ਇੱਕ ਨੋਟ 24 ਨੋਟ ਟੋਟਲ ਸੀਗੇ 12,000 ਸਰਕਾਰੀ ਸਾਡੇ ਕੋਲ ਜਿਹੜੇ ਆ ਉਹ ਇੱਕ DFSO ਨੇ ਜਤਨ ਜੀ ਅਤੇ ਇੱਕ ਸਾਡੇ ਕੋਲ ਡਾਕਟਰ ਨੇ ਐਨੀਮਲ ਹਸਬੈਂਡਰੀ ਤੋਂ ਇਹ ਸਾਡੇ ਕੋਲ ਅੱਜ ਹੀ ਆ ਕੇ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਜੀ ਹਾਂਜੀ ਉਹ ਤਾਂ ਜਿਹੜੀ ਆ ਮੁਕੱਦਮਾ ਦਰਜ ਕਰਕੇ ਇਮੀਜੇਟ ਅਸੀਂ ਜਿਹੜੀ ਆ ਕਾਰਵਾਈ ਕੀਤੀ ਹੈ ਇਹ ਹਜੇ ਤਾਂ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਹੈ ਬਾਕੀ ਅਸੀਂ ਇਹਦੇ ਬਾਰੇ ਪਤਾ ਜੋਈ ਕਰਾਂਗੇ ਤਫਤੀਸ਼ ਕਰਾਂਗੇ ਪੰਜਾਬੀ ਖਬਰਨਾਮ ਦੇ ਵਿੱਚ ਵੱਡੀ ਖਬਰ ਹੈ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲਿਸ ਦੇ ASI ਸ਼ਮਸ਼ੇਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਪੰਦਰਵਾਲ ਤਹਿਸੀਲ ਨਵਾਂ ਸ਼ਹਿਰ ਦੀ ਸ਼ਿਕਾਇਤ 'ਤੇ ਥਾਣਾ ਔੜ ਦੇ ASI ਰਾਮ ਪ੍ਰਕਾਸ਼ ਨੂੰ 12,000 ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਕੰਬਾਈਨ 'ਤੇ ਡਰਾਈਵਰੀ ਕਰਦਾ ਮਿਤੀ 28 ਸਤੰਬਰ 2021 ਨੂੰ ਉਸਦੇ ਭਰਾ ਕੁਲਵਿੰਦਰ ਸਿੰਘ ਦਾ ਕੁਝ ਪਿੰਡ ਵਾਲਿਆਂ ਨਾਲ ਝਗੜਾ ਹੋ ਗਿਆ ਸੀ ਪਿੰਡ ਦੇ ਹੀ ਇੱਕ ਵਸਨੀਕ ਦੀ ਮਦਦ ਲਈ ਆਪਣੇ ਘਰ ਦੀ ਕੰਧ ਟੱਪ ਕੇ ਗਲੀ ਵਿੱਚ ਛਾਲ ਮਾਰਨ ਵੇਲੇ ਡਿੱਗ ਗਿਆ ਜਿਸ ਨਾਲ ਉਸਦੇ ਪੈਰ ਦੀ ਹੱਡੀ ਟੁੱਟ ਗਈ ਇਸ 'ਤੇ ਪਿੰਡ ਵਾਲਿਆਂ ਨੇ ਸ਼ਿਕਾਇਤ ਕਰਤਾ ਅਤੇ ਉਸ ਦੇ ਭਰਾ ਕੁਲਵਿੰਦਰ ਸਿੰਘ ਦੇ ਖਿਲਾਫ਼ ਥਾਣਾ ਔੜ ਵਿੱਚ ਮੁਕੱਦਮਾ ਦਰਜ ਕਰਾਇਆ ਪਰ ਲੜਾਈ ਵੇਲੇ ਸ਼ਿਕਾਇਤ ਕਰਤਾ ਆਪਣੇ ਪਿੰਡ ਵਿੱਚ ਮੌਜੂਦ ਹੀ ਨਹੀਂ ਸੀ ਸ਼ਿਕਾਇਤ ਕਰਤਾ ਨੂੰ ਉਕਤ ਮੁਕੱਦਮੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸ਼ਿਕਾਇਤ ਕਰਤਾ ਵਿਰੁੱਧ ਦਰਜ ਉਕਤ ਮੁਕੱਦਮੇ ਦਾ ਚਲਾਨ ਮਾਣਯੋਗ ਅਦਾਲਤ ਸ਼੍ਰੀ ਰਮਨ ਸ਼ਰਮਾ CJM ਸ਼ਹੀਦ ਭਗਤ ਸਿੰਘ ਨਗਰ ਵਿੱਚ ਦਿੱਤਾ ਜਾ ਚੁੱਕਾ ਇਸ ਤੋਂ ਇਲਾਵਾ ASI ਰਾਮ ਪ੍ਰਕਾਸ਼ ਨੇ ਸ਼ਿਕਾਇਤ ਕਰਤਾ ਅਤੇ ਬਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਖਿਲਾਫ਼ ਅਪਰਾਧਿਕ ਧਾਰਾ 107/152 CRPC ਦਰਜ ਰਜਿਸਟਰਡ ਕਰਕੇ ਮਾਣਯੋਗ ਅਦਾਲਤ ਸਬ ਡਿਵੀਜ਼ਨਲ ਮੈਜਿਸਟਰੇਟ ਨਵਾਂ ਸ਼ਹਿਰ ਨੂੰ ਪੇਸ਼ ਕੀਤਾ ਸੀ ਜਿੱਥੇ ਉਸ ਦੀ ਜ਼ਮਾਨਤ ਹੋ ਗਈ ਸੀ ਮਿਤੀ 26 ਜਨਵਰੀ 2022 ਨੂੰ ਪਿੰਡ ਵਾਲਿਆਂ ਵੱਲੋਂ ਸ਼ਿਕਾਇਤ ਕਰਤਾ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ ਇਸ ਜਿਸ ਸੰਬੰਧੀ ਉਸ ਨੇ 27 ਜਨਵਰੀ 2022 ਨੂੰ ਇੱਕ ਦਰਖਾਸਤ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵਿਖੇ ਦਿੱਤੀ ਸੀ ਸ਼ਿਕਾਇਤ ਕਰਤਾ 18 ਮਾਰਚ 2022 ਨੂੰ ਆਪਣੀ ਇੱਕ ਦਰਖਾਸਤ ਸੰਬੰਧੀ ASI ਰਾਮ ਪ੍ਰਕਾਸ਼ ਨੂੰ ਥਾਣਾ ਔੜ ਵਿਖੇ ਆਪਣੇ ਜਾਣਕਾਰ ਕਾਬਲ ਸਿੰਘ ਪੁੱਤਰ ਬਾਲ ਸਿੰਘ ਵਾਸੀ ਪਿੰਡ ਪੰਦਰਵਾਲ ਨੂੰ ਨਾਲ ਲੈ ਕੇ ਮਿਲਿਆ ASI ਰਾਮ ਪ੍ਰਕਾਸ਼ ਜੋ ਕਿ ਕਾਬਲ ਸਿੰਘ ਨੂੰ ਪਹਿਲਾਂ ਤੋਂ ਜਾਣਦਾ ਸੀ ਉਸਨੇ ਕਾਬਲ ਸਿੰਘ ਨੂੰ ਇਸ ਸ਼ਿਕਾਇਤ 'ਤੇ ਕਾਰਵਾਈ ਕਰਨ ਲਈ ਸ਼ਮਸ਼ੇਰ ਸਿੰਘ ਕੋਲੋਂ 13,000 ਰੁਪਏ ਰਿਸ਼ਵਤ ਮੰਗੀ ਅਖੀਰ 'ਚ 12,000 ਰੁਪਏ 'ਤੇ ਗੱਲ ਮੁੱਕੀ ਸ਼ਿਕਾਇਤਕਰਤਾ ਨੇ ਇਸ ਸੰਬੰਧੀ 14 ਅਪ੍ਰੈਲ ਨੂੰ ਵਿਜੀਲੈਂਸ ਸ਼ਿਕਾਇਤ ਕੀਤੀ ਇਸ 'ਤੇ ਨਿਰੰਜਣ ਸਿੰਘ DSP ਵਿਜੀਲੈਂਸ ਯੂਨਿਟ ਦੀ ਨਿਗਰਾਨੀ ਹੇਠ ਇੰਸਪੈਕਟਰ ਚਮਕੌਰ ਸਿੰਘ ਵੱਲੋਂ ਟੀਮ ਗਠਿਤ ਕਰਕੇ ਉਸਨੂੰ ਸ਼ਿਕਾਇਤਕਰਤਾ ਦੇ ਜਾਣਕਾਰ ਕਾਬਲ ਸਿੰਘ ਵੱਲੋਂ 12,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿੱਤਾ ਗਿਆ ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰਾਂ ਦੇਖਣੀਆਂ ਸੁਣੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।